ਲਗਮ ਜੀ ਨਾਜ਼ਰ ਕੀ ਹਾਲ ਚਾਲ ਹੈ ਤਮਾਮ ਦੋਸਤਾਂ, ਮੈਂ ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ। ਅੱਜ ਅਸੀਂ ਮੌਜੂਦ ਹਾਂ, ਚੌਥਾ ਪਾਰਟ ਔਰ ਲਾਸਟ ਪਾਰਟ ਬਣਾ ਰਹੇ ਹਾਂ। ਉਸਤਾਦ ਉਸਮਾਨ ਬੱਟ ਸਾਹਿਬ ਕੋਲ ਬੈਠੇ ਹੋਏ ਹਾਂ ਔਰ ਰਾਤ ਵੀ ਹੋ ਗਈ ਹੈ ਔਰ ਤੁਸੀਂ ਸਮਝੋ ਕਿ ਸਾਡੀ ਕਿੰਨੀ ਮਿਹਨਤ ਹੈ। ਅਸੀਂ ਆਪਣੇ ਦੋਸਤਾਂ ਭਰਾਵਾਂ ਲਈ ਕੀ ਕਾਵਿਸ਼ਾਂ ਕਰ ਰਹੇ ਹਾਂ ਕਿ ਅਸੀਂ ਦਿਨ ਦੇ ਟਾਈਮ ਆਏ ਸੀ ਔਰ ਰਾਤ ਹੋ ਗਈ ਹੈ, ਅਤੇ ਸਾਡੀ ਮਿਹਨਤ ਨੂੰ ਵੇਖਦੇ ਹੋਏ ਤੁਸੀਂ ਸਬਸਕ੍ਰਾਈਬ ਕਰ ਦਿਉ। ਲੋਕ ਵੀਡੀਓਜ਼ ਦੇਖਦੇ ਨੇ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ। ਅੱਛਾ, ਅੱਜ ਕੱਲ੍ਹ ਦਾ ਜਿਹੜਾ ਮੌਸਮ ਹੈ ਨਾ, ਉਹ ਇਹ ਟੋਪਿਕ ਉਹਦੇ ਤੋਂ ਬਹੁਤ ਜ਼ਿਆਦਾ ਰੈਲੇਵੈਂਟ ਹੈ। ਹਾਲਾਂਕਿ ਮੈਂ ਸਮਝਦਾ ਸੀ ਕਿ ਕਬੂਤਰ ਨੂੰ ਇੰਨੀ ਸੰਭਾਲਣ ਦੀ ਜ਼ਰੂਰਤ ਨਹੀਂ ਪੈਂਦੀ ਅੱਸੂ ਦੇ ਵਿੱਚ, ਔਰ ਕਬੂਤਰ ਖਰਾਬ ਵੀ ਨਹੀਂ ਹੁੰਦੇ ਅੱਸੂ 'ਚ ਆ ਕੇ, ਲੇਕਿਨ ਕਿਉਂਕਿ ਅਸੀਂ ਕਮੈਂਟਸ ਪੜ੍ਹਨੇ ਆ ਫਿਰ ਫੋਨ ਕਾਲਸ ਆਉਂਦੀਆਂ ਨੇ, ਲੋਕਾਂ ਕਬੂਤਰ ਅੱਜ ਕੱਲ੍ਹ ਵੀ ਨਹੀਂ ਲੋਕਾਂ ਕੋਲ ਸੰਭਾਲੇ ਜਾ ਰਹੇ ਨੇ। ਪਤਾ ਨਹੀਂ ਹੋਣਾ ਉਹਨਾਂ ਦੀ ਲਾਇਲਮੀ ਜਾਂ ਉਹਨਾਂ ਦੀ ਕੋਈ ਮਿਸਟੇਕ ਹੈਗੀ ਹੈ ਕਬੂਤਰ ਨੂੰ ਉਡਾਉਂਦੇ ਵਕਤ ਦੀ, ਜਾਂ ਉਹਨਾਂ ਦਾ ਕੋਈ ਖੁਰਾਕ ਦਾ ਸਿਸਟਮ ਨਹੀਂ ਠੀਕ ਹੈਗਾ। ਲੇਕਿਨ ਅੱਜ ਕੱਲ੍ਹ ਵੀ ਇਹ ਕੰਪਲੇਨ ਆ ਰਹੀ ਹੈ ਜਾਂ ਇਹ ਮਿਸਟੇਕ ਆ ਰਹੀ ਹੈ ਜਾਂ ਇਹ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਕਬੂਤਰ ਲੋਕਾਂ ਕੋਲ ਸੰਭਾਲੇ ਨਹੀਂ ਜਾ ਰਹੇ, ਕਬੂਤਰ ਖਰਾਬ ਹੋ ਰਹੇ ਨੇ, ਹਾਜ਼ਮਾ ਖਰਾਬ ਹੋ ਰਿਹਾ। ਅਤੇ ਮੈਂ ਕਿਹਾ ਬੱਟ ਸਾਹਿਬ ਇਹਦੇ ਉੱਤੇ ਵੀ ਜ਼ਰੂਰ ਗੱਲ ਕਰੋ, ਅਤੇ ਅਸੀਂ ਆਪਣੇ ਲੋਕਾਂ ਲਈ, ਆਪਣੇ ਭਰਾਵਾਂ ਲਈ, ਆਪਣੇ ਦੋਸਤਾਂ ਲਈ ਇਹ ਚੀਜ਼ ਵੀ ਆਮ ਕਰਾਂਗੇ ਕਿ ਜੇ ਅੱਸੂ ਦੇ ਵਿੱਚ ਵੀ ਖਰਾਬ ਹੋ ਰਹੇ ਨੇ ਤਾਂ ਕਬੂਤਰ ਨੂੰ ਕਿਸ ਤਰ੍ਹਾਂ ਸੰਭਾਲਣਾ, ਔਰ ਉਹਦੇ ਮੈਦੇ ਨੂੰ, ਉਹਦੇ ਹਾਜ਼ਮੇ ਨੂੰ 9x9 ਕਿਵੇਂ ਕਰਨਾ। ਅਤੇ ਬੱਟ ਸਾਹਿਬ ਵੱਲ ਚੱਲੀਏ, ਗੁਫ਼ਤਗੂ ਦਾ ਆਗਾਜ਼ ਕਰੀਏ ਉਸਤਾਦ ਉਸਮਾਨ ਬੱਟ ਸਾਹਿਬ। ਅਸਲਾਮ ਵਾਲੇਕੁਮ ਸਾਹਿਬ ਜੀ। ਜੀ ਵਾਲੇਕੁਮ ਅਸਲਾਮ ਵਰਹਿਮਤੁਲਾਹ ਵਬਰਕਾਤੁਹ। ਕੀ ਹਾਲ ਚਾਲ ਹੈ ਬੱਟ ਸਾਹਿਬ ਜੀ? ਅਲਹਮਦੁਲਿਲਾਹ, ਰਾਤ ਹੋ ਗਈ ਤੇ ਲੋਕੀ ਸਬਸਕ੍ਰਾਈਬ ਨਹੀਂ ਕਰਦੇ, ਉਹਨਾਂ ਨੂੰ ਸਬਸਕ੍ਰਾਈਬ ਦਾ ਇੱਕ ਦਫਾ ਕਹਿ ਦਿਓ। ਦੇਖੋ ਜੀ, ਸਭ ਤੋਂ ਪਹਿਲੀ ਤੇ ਗੱਲ ਹੈਗੀ ਕਿ ਦੇਖੋ ਨਾ, ਅਸੀਂ ਤੁਹਾਡੇ ਕੋਲੋਂ ਇਹਦੇ 'ਚ ਕੋਈ ਜੁਰਮਾਨਾ ਮੰਗਦੇ ਹਾਂ, ਨਾ ਸਾਨੂੰ ਤੁਹਾਡੇ ਕੋਲ ਕੋਈ ਇਹਦਾ ਨਿਯਮੋ ਬਦਲ ਚਾਹੀਦਾ, ਨਾ ਸਾਨੂੰ ਤੁਹਾਡੇ ਕੋਲ ਕੋਈ ਚੀਜ਼ ਡਿਮਾਂਡ ਹੈ। ਮੈਨੂੰ ਤਾਂ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ, ਅਤੇ ਮੇਰੀ ਸਿਰਫ ਇੱਕ ਰਿਕੁਐਸਟ ਹੈਗੀ ਕਿ ਇਹ ਬੱਚਾ ਇੰਨੀ ਮਿਹਨਤ ਕਰਦਾ, ਇਹਦੀ ਇਸ ਮਿਹਨਤ ਦੀ ਵਜ੍ਹਾ ਤੋਂ ਹੀ ਮੈਂ ਇਹਨੂੰ ਟਾਈਮ ਵੀ ਜ਼ਰੂਰ ਦੇਣਾ, ਅਤੇ ਇਹਨੂੰ ਇਹ ਪਤਾ ਵੀ ਹੈਗਾ ਕਿ ਮੈਂ ਕਿੰਨੀ ਮੁਸ਼ਕਿਲ ਨਾਲ ਟਾਈਮ ਦੇਣਾ। ਅਤੇ ਗੱਲ ਹੈ ਕਿ ਤੁਹਾਨੂੰ ਸਭ ਦੋਸਤਾਂ ਨੂੰ ਮੇਰੀ ਰਿਕੁਐਸਟ ਹੈਗੀ ਹੈ ਕਿ ਇਹਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਰੋ, ਇਹਦੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਕਿ ਕਮੈਂਟ ਕਰਨ ਨਾਲ ਨਾ ਐਪਰੀਸੀਏਸ਼ਨ ਹੁੰਦੀ ਹੈ, ਉਹ ਐਪਰੀਸ਼ੀਏਟ ਹੁੰਦਾ, ਉਹਨੂੰ ਇੱਕ ਹੋਰ ਜਿਹੜਾ ਨਾ ਜੋਸ਼ ਚੜ੍ਹਦਾ ਕਿ ਯਾਰ ਮੈਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਉਹ ਲੋਕਾਂ ਤੀਕਰ ਇਨਫੋਰਮੇਸ਼ਨ ਨੂੰ ਪਹੁੰਚਾਵਾਂ। ਅਤੇ ਮੇਰੇ ਖਿਆਲ ਨਾਲ ਅਗਰ ਤੁਹਾਨੂੰ ਇਸ ਚੈਨਲ ਤੋਂ ਫਾਇਦਾ ਹੁੰਦਾ ਤਾਂ ਬੜੀ ਬੜੀ ਲੋਕ ਟਿਪਸ ਦਿੰਦੇ ਨੇ। ਦੇਖੋ, ਜਿਹੜਾ ਵੀ ਉਸਤਾਦ ਹੈ ਨਾ, ਉਹ ਜਦੋਂ ਗੁਫ਼ਤਗੂ ਕਰਦਾ ਨਾ, ਆਪਣੀ ਗੁਫ਼ਤਗੂ 'ਚ ਕੁਛ ਐਸੇ ਅਲਫਾਜ਼ ਜ਼ਰੂਰ ਦੇ ਜਾਂਦਾ ਜਿਹਦਾ ਤੁਹਾਨੂੰ ਜ਼ਰੂਰ ਫਾਇਦਾ ਹੁੰਦਾ, ਉਹ ਫੜਨਾ ਹੁੰਦਾ ਡਾਗਾ। ਹਾਂਜੀ, ਅਤੇ ਗੱਲ ਹੈਗੀ ਕਿ ਇਹਨਾਂ ਦੇ ਚੈਨਲ ਨੂੰ ਅਰਬਾਜ਼ ਭਾਈ ਦੇ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰਿਆ ਕਰੋ, ਵੀਡੀਓਜ਼ ਨੂੰ ਉੱਤੇ ਜ਼ਰੂਰ ਕਮੈਂਟ ਕਰਿਆ ਕਰੋ, ਬੇਸ਼ੱਕ ਦਿਲ ਬਣਾ ਕੇ ਭੇਜ ਦਿਓ। ਕੁਝ ਦੋਸਤ ਕਹਿੰਦੇ ਨੇ ਜੀ ਸਾਨੂੰ ਕਮੈਂਟ ਨਹੀਂ ਕਰਨਾ ਆਉਂਦਾ, ਲਿਖਣਾ ਨਹੀਂ ਆਉਂਦਾ, ਅਤੇ ਤੁਸੀਂ ਦਿਲ ਬਣਾ ਕੇ ਭੇਜ ਦਿਓ, ਉੱਤੇ ਤੁਸੀਂ ਕਮੈਂਟ ਨੂੰ ਜਦੋਂ ਦਬਾਉਂਦੇ ਉਹਦੇ 'ਤੇ ਆ ਜਾਂਦਾ ਉਹ ਸਟੀਕਰਸ, ਅਤੇ ਤੁਸੀਂ ਕੋਈ ਵੀ ਸਟੀਕਰ ਦੇ ਸਕਦੇ ਹੋ। ਅਤੇ ਉਹਦੇ ਬਾਅਦ ਮੇਰੀ ਰਿਕੁਐਸਟ ਹਮੇਸ਼ਾ ਹੀ ਤਰ੍ਹਾਂ ਕਿ ਆਪਣੇ ਵਾਲਦੈਨ ਦੀ ਖਿਦਮਤ ਕਰੋ, ਉਹਨਾਂ ਨਾਲ ਮੁਹੱਬਤ ਕਰੋ, ਉਹਨਾਂ ਨੂੰ ਟਾਈਮ ਦਿਓ, ਉਹਨਾਂ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਖੁਸ਼ ਰੱਖ ਸਕਦੇ ਉਹਨਾਂ ਰੱਖੋ, ਉਹੀ ਤੁਹਾਡੀ ਦੁਨੀਆ 'ਤੇ ਆਖਰਤ ਦੀ ਕੁੰਜੀ ਹੈ, ਕਾਮਯਾਬੀ ਦੀ। ਵਾਹ। ਅੱਛਾ ਬੱਟ ਸਾਹਿਬ, ਇਹ ਜਿਹੜੇ ਦਿਨ ਚੱਲਦੇ ਪਏ ਨੇ, ਜੀ ਜੀ, ਮੈਂ ਸਮਝਦਾ ਕਿ ਸੰਭਾਲਣ ਦੀ ਐਡੀ ਜ਼ਰੂਰਤ ਨਹੀਂ ਪੈਂਦੀ ਕਬੂਤਰਾਂ ਨੂੰ, ਲੇਕਿਨ ਇਸ ਦੇ ਬਾਵਜੂਦ ਪਤਾ ਨਹੀਂ ਲੋਕਾਂ ਕੋਲ ਮਿਸਟੇਕ ਹੋ ਰਹੀ ਹੈ ਜਾਂ ਉਹਨਾਂ ਦੇ ਦਾਣੇ ਪਾਣੀ 'ਚ ਜਾਂ ਉਡਾਉਣ ਵਕਤ ਕਬੂਤਰ ਲੋਕਾਂ ਦੇ ਆ ਕੇ ਹਾਜ਼ਮਾ ਵੀ ਖਰਾਬ ਕਰ ਰਹੇ ਨੇ ਔਰ ਸੰਭਲ ਵੀ ਠੀਕ ਨਹੀਂ ਰਹੇ। ਦੇਖੋ,
ਬੱਚੀ ਦਾ ਕਬੂਤਰ ਨਹੀਂ ਸੰਭਾਲਿਆ ਜਾ ਰਿਹਾ ਨਾ, ਉਹ ਲਾਜ਼ਮਨ ਜਿਹੜਾ ਰਾਤ ਦਾ ਉਹਦਾ ਪਿਛਲੇ ਦਿਨ ਦਾ ਦਾਣਾ ਬਚਿਆ ਹੁੰਦਾ ਨਾ, ਉਹ ਸੁਬਾਹ ਪਲਟਾਏ ਬਗੈਰ ਉਡਾਉਂਦਾ ਉਹਨੂੰ, ਉਹ ਕਬੂਤਰ ਪਹਿਲੇ ਹੀ ਡਿਸਟਰਬ ਹੁੰਦਾ। ਜਦੋਂ ਉੱਡ ਕੇ ਆਉਂਦਾ ਫਿਰ ਉਹਨੇ ਪੋਰਟ ਰੋਕ ਲਿਆ ਹੁੰਦਾ, ਕਿਉਂਕਿ ਅੰਦਰਲਾ ਜਿਹੜਾ ਪੋਰਟ ਹੈ ਨਾ ਉਹ ਰੋਕਿਆ ਹੁੰਦਾ, ਅਤੇ ਫਿਰ ਉਹ ਡਿਸਟਰਬ ਹੁੰਦਾ ਅਤੇ ਉਹ ਫਿਰ ਤੰਗ ਕਰਦਾ ਕਬੂਤਰ। ਸਭ ਤੋਂ ਪਹਿਲੇ ਤਾਂ ਕੋਸ਼ਿਸ਼ ਕਰੋ ਕਿ ਕਬੂਤਰ ਨੂੰ ਲਾਜ਼ਮਨ ਪਲਟਾਓ, ਕਮ ਅਜ਼ ਕਮ ਸਵਾ ਘੰਟਾ ਪਹਿਲੇ ਪਲਟਾਓ, ਉਸ ਸ਼ਰਤ 'ਚ ਕਿ ਉਹਦੇ 'ਚ ਅਗਰ ਦਾਣਾ, ਅਗਰ ਤੁਸੀਂ ਬਾਜਰਾ ਦਿੰਦੇ ਹੋ ਤਾਂ ਫਿਰ ਲਾਜ਼ਮਨ ਪਲਟਾਓ, ਅਗਰ ਬਾਜਰਾ ਨਹੀਂ ਦਿੰਦੇ ਤਾਂ ਫਿਰ ਬੇਸ਼ੱਕ ਤੁਸੀਂ ਨਾ ਪਲਟਾਓ, ਲੇਕਿਨ ਉਂਝ ਹੀ ਛੱਡ ਦਿਓ, ਕਿਉਂਕਿ ਬਾਜਰਾ ਜਿਹੜਾ ਨਾ ਉਹ ਲੋਕ ਦੇ ਦਿੰਦੇ ਬੇਟਾਈਮੇ, ਅਗਰ ਤਾਂ ਤੁਸੀਂ ਇੱਕ ਡੇਢ ਵਜੇ ਦੀ ਟਾਈਮਿੰਗ 'ਤੇ ਦਿੱਤਾ ਤਾਂ ਬਾਜਰਾ ਹਜ਼ਮ ਹੋ ਜਾਂਦਾ, ਅਤੇ ਬਾਜਰਾ ਅਗਰ ਕਬੂਤਰ ਦੇ ਅੰਦਰ ਸਖ਼ਤ ਰਹਿ ਜਾਵੇ ਤਾਂ ਉਹ ਚੁੱਭਦਾ ਫਿਰ ਉਹਦੇ ਪੋਰਟ 'ਚ, ਅਤੇ ਉਹਦੀ ਜਦੋਂ ਕਬੂਤਰ ਬੋਲਡ ਵੀ ਹੋ ਜਾਂਦੇ ਨੇ ਅਤੇ ਜਿਹੜੇ ਆ ਜਾਂਦੇ ਨੇ ਉਹ ਖਰਾਬ ਹੋ ਜਾਂਦੇ ਨੇ, ਖਰਾਬ ਹੋ ਜਾਂਦੇ, ਅਤੇ ਇਸ ਤੋਂ ਕੋਸ਼ਿਸ਼ ਕਰੋ ਕਿ ਜਿਹੜੀ ਪਿਛਲਾ ਦਾਣਾ ਨਾ ਅਗਰ ਤੁਹਾਡੇ ਕਬੂਤਰ ਦੇ ਪੋਰਟ 'ਚ ਰਹਿ ਗਿਆ ਤਾਂ ਉਹਨੂੰ ਪਲਟਾ ਦਿਓ। ਪਹਿਲੇ ਤਾਂ ਤੁਹਾਡਾ ਦਾਣਾ ਪਾਣੀ ਦਾ ਟਾਈਮ ਐਸਾ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਇਸ ਟਾਈਮ ਨਾਲ ਦਿਓ ਕਿ ਉਹ ਹਜ਼ਮ ਹੋ ਗਿਆ ਹੋਏ ਕਬੂਤਰ ਨੂੰ, ਉਹ ਕਬੂਤਰ ਦੇ ਪੋਰਟ 'ਚ ਰਹੇ ਹੀ ਨਾ। ਉਹਦੇ ਵਾਸਤੇ ਮੈਂ ਥੋੜ੍ਹੀ ਜਿਹੀ ਟਿਪਸ ਦੇ ਦੇਣਾ, ਕੁਛ ਹਾਜ਼ਮੇ ਦੇ ਪਾਣੀ ਮੈਂ ਦੱਸੇ ਹੋਏ ਨੇ ਅਰਬਾਜ਼ ਭਾਈ ਦੇ ਚੈਨਲ ਦੇ ਉੱਤੇ, ਹਾਜ਼ਮੇ ਦਾ ਪਾਣੀ ਨਾਲ ਰੱਖਿਆ ਕਰੋ। ਚਲੋ ਮੈਂ ਅੱਜ ਇੱਕ ਮੇਰੇ ਬੜੇ ਅੱਛੇ ਦੋਸਤ ਨੇ ਜੀ ਫਰੂਕ ਭੱਟ ਸਾਹਿਬ, ਉਹਨਾਂ ਨੇ ਇਹ ਮੇਰੇ ਨਾਲ ਸ਼ੇਅਰ ਕੀਤਾ ਸੀ ਆਪਣੀ ਜ਼ਿੰਦਗੀ ਦਾ ਇਲਮ, ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦਾ। ਅੱਲਾਹ ਪਾਕ ਉਹਨਾਂ ਨੂੰ ਸਿਹਤ ਜ਼ਿੰਦਗੀ ਦੇ, ਉਹਨਾਂ ਵਾਸਤੇ ਦੁਆ ਵੀ ਕੀਜੀਏਗਾ। ਆਮੀਨ। ਅਜਵਾਇਨ ਦਾ ਅਰਕ ਅਤੇ ਸੌਂਫ ਦਾ ਅਰਕ ਆਪਣੇ ਕੋਲ ਜ਼ਰੂਰ ਰੱਖੋ, ਅਜਵਾਇਨ ਦਾ ਅਰਕ ਅਤੇ ਸੌਂਫ ਦਾ ਅਰਕ। ਰਾਤ ਨੂੰ ਜਦੋਂ ਆਖਰੀ ਪਾਣੀ ਦਿਖਾਓ ਨਾ, ਉਹਦੇ 'ਚ ਇੱਕ ਢੱਕਣ, ਇੱਕ ਲੀਟਰ ਦੀ ਇੱਕ ਢੱਕਣ ਅਜਵਾਇਨ ਦਾ ਅਤੇ ਇੱਕ ਢੱਕਣ ਸੌਂਫ ਦਾ ਅਰਕ ਪਾ ਦਿਆ ਕਰੋ। ਅਜਵਾਇਨ ਕਿਹੜੀ, ਦੇਸੀ? ਦੇਸੀ, ਦੇਸੀ ਸਾਦੀ ਦੇਸੀ। ਅਤੇ ਅੱਧਾ ਕਿਲੋ ਪਾਣੀ ਲਵੋ ਅਤੇ ਉਹਦੇ 'ਚ ਤੁਸੀਂ ਨਾ 15 ਜੀਰਾਂ ਪਾ ਲਓ, ਅੱਧਾ ਕਿਲੋ ਪਾਣੀ 15 ਜੀਰਾਂ ਉਹਨੂੰ ਉਬਾਲੋ, ਜਦੋਂ ਪਾਵਰ ਆ ਜਾ ਉਹਨੂੰ ਲਾ ਲਓ, ਉਹਦੇ 'ਚੋਂ ਵੀ 2 CC ਕੱਢ ਕੇ 1 ਲੀਟਰ ਪਾਣੀ ਪਾ ਦਿਆ ਕਰੋ। ਠੀਕ ਹੈ ਜੀ, 2 ਰਕ ਹੋ ਗਏ, ਅੰਜੀਰ ਦਾ ਪਾਣੀ ਹੋ ਗਿਆ ਅਤੇ ਅਜਵਾਇਨ ਦਾ ਪਾਣੀ। ਯਾਰ ਕੀ ਕਰ ਰਹੇ ਹੋ, ਅਜਵਾਇਨ, ਅਜਵਾਇਨ ਦਾ ਅਰਕ, ਅਜਵਾਇਨ ਦਾ ਅਰਕ, ਸੌਂਫ ਦਾ ਅਰਕ ਅਤੇ ਅੰਜੀਰ ਦਾ ਪਾਣੀ, 3 ਚੀਜ਼ਾਂ ਹੋ ਗਈਆਂ। ਨਾਲ ਤੁਸੀਂ ਲੈ ਲੈਣਾ ਗਰਾਏ ਵਾਟਰ ਦਾ ਢੱਕਣ, ਗਰਾਏ ਵਾਟਰ ਬੱਚਿਆਂ ਵਾਲਾ। ਹਾਂਜੀ, ਇਹ ਇੱਕ ਢੱਕਣ ਪਾ ਲੈਣਾ, ਯਾਨੀ ਕਿ 2 CC ਤੁਸੀਂ ਅੰਜੀਰ ਦਾ ਪਾਣੀ ਪਾਉਣਾ ਜਿਹੜਾ ਤਿਆਰ ਕੀਤਾ ਸੀ, ਅਤੇ ਇਹ ਢੱਕਣ ਢੱਕਣ, ਤਿੰਨੋਂ ਚੀਜ਼ਾਂ ਠੀਕ ਹੋ ਗਿਆ। ਇਹ ਤੁਸੀਂ ਰਾਤ ਨੂੰ ਪਿਆ ਦਿਓਗੇ, ਮੇਰੇ ਰੱਬ ਨੇ ਚਾਹੇ ਤਾਂ ਇਨਸ਼ਾਅੱਲਾ ਤਾਲਾ ਤੁਹਾਡਾ ਕਬੂਤਰ ਸੁਬਾਹ ਪੋੜ ਦੇ ਦਾਣਾ ਨਹੀਂ ਲੈ ਕੇ ਬੈਠਾ ਹੋਏਗਾ, ਖਾਲੀ ਹੋ ਜਾਇਆ ਕਰੇਗਾ। ਆਖਰੀ ਜਿਹੜਾ ਪਾਣੀ ਵਿਖਾਉਂਦੇ ਹੋ, ਕੋਈ 10 ਵਜੇ ਵਿਖਾਉਂਦਾ, ਕੋਈ 9 ਵਜੇ ਵਿਖਾਉਂਦਾ, ਕੋਈ 12 ਵਜੇ ਵਿਖਾਉਂਦਾ, ਜਦੋਂ ਗਰਮੀਆਂ ਆ ਜਾਂਦੀਆਂ ਫਿਰ ਤਾਂ ਰਾਤ ਨੂੰ 2-2, 3-3 ਵਜੇ ਤੀਕਰ ਵੀ ਪਾਣੀ ਦਿਖਾਇਆ ਜਾਂਦਾ। ਸਹੀ ਗੱਲ ਹੈ, ਅਤੇ ਗੱਲ ਹੈਗੀ ਕਿ ਅੱਜ ਕੱਲ੍ਹ ਦੇ ਹਿਸਾਬ ਨਾਲ ਦੱਸ ਰਹੇ। ਇਸ ਤੋਂ ਬਾਅਦ ਲੋਕਾਂ ਜਦੋਂ ਪੋਰਟ ਖਾਲੀ ਹੁੰਦਾ, ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪੋਰਟ ਖਾਲੀ ਹੁੰਦਾ ਤੁਸੀਂ ਕਬੂਤਰ ਨੂੰ ਫਰੈਸ਼ ਕਰਕੇ ਛੱਡ ਦਿਓ, ਘੰਟਾ ਪਹਿਲੇ ਰੈਸ਼ ਦੇ ਦਿੰਦੇ ਹੋ ਨਾ ਅਗਰ, ਅਤੇ ਉਹ ਰੈਸ਼ ਜ਼ਹਿਰ ਨਹੀਂ ਬਣਦੀ, ਉਹ ਫਰੈਸ਼ ਖੁਰਾਕ ਹੁੰਦੀ ਹੈ, ਅਤੇ ਰੈਸ਼ ਜਿਹੜੀ ਹੈਗੀ ਉਹ ਹਰ ਬੰਦਾ ਕਹਿ ਤਾਂ ਦਿੰਦਾ, ਰੈਸ਼ ਦੱਸਦਾ ਕੋਈ ਨਹੀਂ ਰੈਸ਼ ਹੈਗੀ ਕੀ ਹੈ, ਰੈਸ਼ ਮੁਖਤਲਿਫ ਕਿਸਮ ਦੀਆਂ ਹੈਗੀਆਂ। ਸਹੀ ਗੱਲ, ਕੋਈ ਕੁਛ ਦਿੰਦਾ, ਕੋਈ ਕੁਛ ਦਿੰਦਾ, ਕੋਈ ਕੁਛ ਦਿੰਦਾ। ਹੁਣ ਮੇਰੇ ਬਹੁਤ ਅੱਛੇ ਅਜ਼ੀਜ਼ ਦੋਸਤ ਨੇ ਤਨਵੀਰ ਗੁੱਜਰ ਸਾਹਿਬ, ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਇਹ ਦੱਸੀ ਸੀ ਜੀ ਮਕਈ ਦੀ ਰੈਸ਼ ਉਹਨਾਂ ਕੋਲ ਇੱਕ ਦਫ਼ਾ ਮੋਨੇ ਨੇ ਕਬੂਤਰ ਉਡਾਏ ਸੀ, ਮੋਨੇ ਦੇ ਸ਼ਾਗਿਰਦ ਨੇ ਆ ਗਏ, ਮੋਨੇ ਨੇ ਹੀ ਕਹਿ ਲਓ, ਉਸਤਾਦ ਮੋਇਨ ਨਵਾਜ਼ ਗੁੰਮਨ ਸਾਹਿਬ ਨੇ, ਮਾਸ਼ਾਅੱਲਾ ਅੱਲਾਹ ਪਾਕ ਉਹਨਾਂ ਨੂੰ ਇਸੇ ਜ਼ਿੰਦਗੀ ਦੇ ਸਾਡੇ ਕਬੂਤਰਬਾਜ਼ੀ ਦੇ ਲੈਜੈਂਡ ਉਸਤਾਦ ਨੇ, ਅਤੇ ਬੜੇ ਖੁਸ਼ ਇਖਲਾਕ ਇਨਸਾਨ ਨੇ ਔਰ ਬੜੇ ਮਸਤ ਮਲੰਗ ਹੈਗੇ। ਹਾਂਜੀ, ਮੈਂ ਕਹਿੰਦਾ ਮਾਸ਼ਾਅੱਲਾ ਜੀ, ਮਾਸ਼ਾਅੱਲਾ ਅੱਲਾਹ ਪਾਕ ਉਹਨਾਂ ਨੂੰ ਸੇ ਜ਼ਿੰਦਗੀ ਦੇ।
ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਿਹੜੇ ਜਦੋਂ ਮੈਜਿਕ ਲਵਾਉਂਦੇ ਹੁੰਦੇ ਸੀ ਨਾ ਉਸਤਾਦ ਮੋਨਾ, ਉਸਤਾਦ ਮੋਹਿਨ ਨਵਾਜ਼ ਗੁੰਮਨ ਸਾਹਿਬ, ਅਤੇ ਮਾਜ਼ਰਤ ਅਗਰ ਮੈਂ ਉਸਤਾਦ ਮੋਨਾ ਗਿਆ ਤਾਂ ਕਿਸੇ ਨੂੰ ਬੁਰਾ ਲੱਗਾ ਹੈ, ਉਸਤਾਦ ਮੋਹਿਨ ਨਵਾਜ਼ ਗੁੰਮਨ ਸਾਹਿਬ ਨੇ ਇਹਨਾਂ ਕੋਲ ਨਾ ਮੈਜਿਕ ਲਵਾਈ ਸੀ ਅਤੇ ਉਸਨੇ ਨਾ ਉਹ ਰੈਸ਼ ਦੇ ਵਿੱਚ ਨਾ ਮਕਈ ਦਵਾਉਂਦੇ ਸੀ। ਉਹ ਮਕਈ ਕਿਵੇਂ ਦਵਾਉਂਦੇ ਸੀ? ਉਹ ਮਕਈ ਨਾ ਚਾ ਡੱਕ ਵਾਲੇ ਦਿਨ ਨਾ, ਯਾਨੀ ਕਿ ਕੱਲ੍ਹ ਬਾਜ਼ੀ ਉੱਡਣੀ ਹੈ ਅਤੇ ਅੱਜ 4 ਵਜੇ ਕਹਿੰਦੇ ਸੀ ਭਿਉਂ ਦਿਓ। ਉਹ ਮਕਈ ਹੁੰਦੀ ਸੀ ਫੁੱਲਿਆਂ ਵਾਲੀ, ਪੋਪਕੋਰਨ ਵਾਲੀ ਮਕਈ ਹੁੰਦੀ ਸੀ, ਆਮ ਮਕਈ ਨਹੀਂ ਹੁੰਦੀ ਸੀ। ਯਾਦ ਰੱਖਣਾ ਪੋਪਕੋਰਨ ਵਾਲੀ ਮਕਈ, ਪੋਪਕੋਰਨ ਵਾਲੀ ਮਕਈ ਉਹ 4 ਵਜੇ ਡੁਬਾ ਦਿੰਦੇ। ਫਰਕ ਹੈ ਕੀ ਪੋਪਕੋਰਨ ਵਾਲੀ? ਹਾਂਜੀ ਜੀ ਮੇਰੇ ਭਾਈ, ਦੂਸਰੀ ਮਕਈ ਦੇ ਫੁੱਲੇ ਬਣੇ ਕਦੀ? ਨਹੀਂ ਮੈਂ ਨਹੀਂ ਕਦੀ ਵੇਖਿਆ। ਹਾਂਜੀ ਬਹਰਹਾਲ ਪਤਾ ਹੀ ਨਹੀਂ ਇਸ ਦੇ ਬਾਰੇ। ਹਾਂਜੀ ਉਹ ਜਿਹੜੀ ਪੋਪਕੋਰਨ ਵਾਲੀ ਮਕਈ ਹੁੰਦੀ ਨਾ, ਤੁਸੀਂ ਜਾ ਕੇ ਲਓਗੇ, ਮਹਿੰਗੀ ਵੀ ਕਾਫੀ ਹੈ, ਮੈਂ 600 ਰੁਪਏ ਕਿਲੋ ਹੈ। ਅੱਛਾ ਪਾਣੀ ਡਿਪ ਕਰਾ ਤਾ ਉਹਨੂੰ, ਉਹਦੇ ਬਾਅਦ ਉਹਦੇ ਪਾਣੀ ਬਦਲਦੇ ਰਹਿੰਦੇ ਹਰ 3-4 ਘੰਟੇ ਬਾਅਦ, ਠੀਕ ਹੈ ਜੀ। ਉਹਦੇ ਬਾਅਦ ਜਦੋਂ ਤੁਸੀਂ ਸੁਬਹਾ ਦੇਣ ਲੱਗਣੀ ਹੈ ਨਾ, ਹੁਣ ਇਹ ਚੀਜ਼ ਕੋਈ ਨਹੀਂ ਦੱਸੇਗਾ, ਸਭ ਕੁਝ ਦੱਸ ਦੇਣਗੇ ਮਕਈ ਦੇਣੀ ਹੈ ਜੀ, ਇਹ ਕਰਨਾ। ਦੇਣ ਤੋਂ ਪਹਿਲੇ ਨਾ ਤੁਸੀਂ ਉਹਦੇ ਉੱਤੇ ਜਿਹੜਾ ਮੂੰਹ ਹੁੰਦਾ ਨਾ ਸੂਈ ਨੁਮਾ ਚਿੱਟਾ, ਉਹ ਵੱਢ ਦੇਣਾ। ਅੱਛਾ ਵੱਢ ਕੇ ਉਹਦੇ 2 ਟੋਟੇ ਕਰਕੇ ਦੇਣੇ ਨੇ ਉਹਨੂੰ, ਸ਼ੁਰੂ ਕਰੋ 6 ਤੋਂ। ਕਬੂਤਰ ਨੂੰ ਬਾਜ਼ੀ ਵਾਲੇ ਦਿਨ ਨਹੀਂ ਦੇ ਦੇਣਾ, ਕਬੂਤਰਾਂ ਨੂੰ ਪਹਿਲੇ ਰਿਹਾਇਸ਼ 'ਤੇ ਲਾਇਆ ਹੋਣਾ ਚਾਹੀਦਾ ਤਾਂ ਕਿ ਕਬੂਤਰ ਨੂੰ ਆਦਤ ਹੋਏ ਉੱਡਣ ਦੀ। ਸਹੀ ਗੱਲ ਹੈ। ਲਓ ਜੀ ਉਹਦਾ ਸਿਰਾ ਕੱਟਣਾ ਅਤੇ ਉਹ 12-14-15 ਦਾਣਿਆਂ ਦੇ ਤੁਸੀਂ ਕਬੂਤਰ ਨੂੰ 6-6 ਦਾਣਿਆਂ ਤੋਂ ਲੈ ਕੇ ਆਉਣਾ, 15 ਦਾਣੇ ਤੁਸੀਂ ਦੇ ਦੇਣੇ ਨੇ ਰਿਹਾਇਸ਼ 'ਤੇ। ਅਤੇ ਅੱਲਾ ਦੀ ਰਹਿਮਤ ਨਾਲ ਕਬੂਤਰ ਜਿਹੜਾ 12-1 ਵਜੇ ਬਹਿੰਦਾ ਨਾ, ਉਹ ਰਿਹਾਇਸ਼ ਦੀ ਤਾਕਤ ਦੇ ਨਾਲ ਜਾ ਕੇ 3-3:30 ਵਜੇ ਬਹਿ ਜਾਏਗਾ ਦਾਣੇ ਪਾਣੀ ਨਾਲ। ਔਰ ਕਬੂਤਰ ਰਿਪੀਟ ਵੀ ਪਰਵਾਦਾ ਰਿਹਾਇਸ਼ ਤੁਸੀਂ ਕਈ ਦਫ਼ਾ ਦੇਖੋ, ਕਬੂਤਰ ਉੱਤੋਂ ਜਦੋਂ ਆ ਕੇ ਬਹਿੰਦਾ ਤਾਂ ਦਾਣਾ ਮੰਗ ਰਿਹਾ ਹੁੰਦਾ, ਉਹ ਭੁੱਖ ਦੀ ਯਾਦ ਬੈਠਾ ਹੁੰਦਾ, ਇਹ ਚੱਕਰ ਹੈ। ਸਹੀ ਗੱਲ ਹੈ। ਅੱਛਾ ਲੋਕਾਂ ਨੂੰ ਸੰਭਾਲੇ ਇਸ ਲਈ ਨਹੀਂ ਜਾ ਰਹੇ ਕਿ ਮੈਦੇ ਖਰਾਬ ਹੋ ਰਹੇ ਸੀ? ਲਾਜ਼ਮਨ ਗੱਲ ਹੈ, ਸਭ ਤੋਂ ਵੱਡਾ ਪੁਆਇੰਟ ਮੈਦੇ ਦਾ, ਹਮੇਸ਼ਾ ਯਾਦ ਰੱਖੋ ਕਬੂਤਰ ਜਦੋਂ ਉੱਡ ਕੇ ਆ ਕੇ ਬੈਠਾ, ਬੇਸ਼ੱਕ ਔਫ ਸੀਜ਼ਨ ਹੈ, ਅੱਸੂ ਹੈ, ਜੋ ਵੀ ਹੈ, ਤੁਹਾਡੇ ਕੋਲ ਲਾਜ਼ਮਨ ਸੰਭਾਲਣ ਵਾਸਤੇ ਪਾਣੀ ਹੋਣਾ ਚਾਹੀਦਾ, ਅਤੇ ਬੜਾ ਈਜ਼ੀ ਆ ਪਾਣੀ, ਕੋਈ ਮੁਸ਼ਕਲ ਪਾਣੀ ਨਹੀਂ ਹੈਗਾ। ਸਭ ਤੋਂ ਪਹਿਲੇ ਤੁਸੀਂ 1 ਲੀਟਰ ਪਾਣੀ ਲੈਣਾ, ਉਹਦੇ 'ਚ ਇੱਕ ਤੁਸੀਂ ਚਵਰਕੇ ਦਾ ਢੱਕਣ ਪਾ ਦੇਣਾ, ਇੱਕ ਗ੍ਰਾਈ ਵਾਟਰ ਦਾ ਢੱਕਣ ਪਾ ਦੇਣਾ, ਗੁਲਾਬ ਦੇ ਅਰਗ ਦਾ ਢੱਕਣ ਪਾ ਦੇਣਾ, ਸੌਂਫ ਦਾ ਅਰਗ ਦਾ ਇੱਕ ਢੱਕਣ ਪਾ ਦੇਣਾ, ਓ ਆਰ ਐੱਸ ਦਾ 1/7 ਹਿੱਸਾ ਪਾ ਦੇਣਾ ਪੈਕਟ ਦਾ, ਅਤੇ ਗਲੂਕੋਜ਼ ਦਾ ਤੁਸੀਂ ਤਕਰੀਬਨ 1 ਛੋਟੇ ਚਮਚੇ ਦਾ 1/4 ਹਿੱਸਾ ਪਾ ਦੇਣਾ। ਪਾਣੀ ਮਿਕਸ ਕਰਕੇ ਅਤੇ ਕਬੂਤਰ ਉੱਡ ਕੇ ਆਇਆ ਉਹਨੂੰ ਇੰਝ ਕਰਕੇ, ਪਹਿਲੇ ਤਾਂ ਸਭ ਤੋਂ ਜਦੋਂ ਉੱਡ ਕੇ ਆਏ ਕਿ ਬੈਠੇ ਨਾ, ਉਹਨੂੰ ਫੌਰਨ ਅੰਦਰ ਕਰਕੇ ਨਾ ਉਹਦੀ ਜਗ੍ਹਾ 'ਤੇ ਬਿਠਾ ਦਿਓ, ਉਹ 10 ਮਿੰਟ 'ਚ ਆਪਣਾ ਸਾਹ ਬਹਾਲ ਕਰੇ, ਉਹਨੂੰ ਪਾਣੀ 'ਤੇ ਛੱਡੋ, ਉਹਨੂੰ ਰੱਜ ਕੇ ਪਾਣੀ ਪੀਣ ਦਿਓ, ਰੱਜ ਕੇ ਪਾਣੀ ਪੀਏ, 2 ਮਿੰਟ ਫਿਰਨ ਦਿਓ, ਉਹਦੇ ਬਾਅਦ ਉਸ ਕਬੂਤਰ ਨੂੰ ਪਲਟਾ ਦਿਓ, ਪਲਟਾਓ, ਦੇਖੋ ਅਗਰ ਤਾਂ ਉਹਦੇ 'ਚੋਂ ਸਹੀ ਪਾਣੀ ਨਿਕਲਿਆ, ਗਰਮ ਨਹੀਂ ਨਿਕਲਿਆ, ਤਲਖ ਨਹੀਂ ਨਿਕਲਿਆ, ਅੰਦਰੋਂ ਗੁਬਾਰ ਨਹੀਂ ਨਿਕਲਿਆ, ਸਹੀ ਨਿਕਲਿਆ, ਉਹਨੂੰ ਛੱਡ ਦਿਓ, 10 ਮਿੰਟ ਬਾਅਦ ਉਹਨੂੰ 5 CCI ਵਾਲਾ ਪਾਣੀ ਦੇ ਕੇ ਛੱਡ ਦਿਓ, ਵਿੱਠਾ ਮਾਰੇ, ਦੇਖੋ ਖੁੱਲਿਆ ਕਬੂਤਰ, ਅਗਰ ਕਬੂਤਰ ਖੁੱਲ੍ਹ ਗਿਆ, ਕਬੂਤਰ ਨੂੰ 5 ਮਿੰਟ ਬਹਾ ਕੇ ਫਿਰ 5-7 CC ਪਾਣੀ ਦੇ ਦਿਓ, ਫਿਰ ਦੁਬਾਰਾ ਜਦੋਂ 7 CC ਖਿੱਚਲੇ ਫਿਰ ਉਹਨੂੰ ਜਿੰਨਾ ਉਹਨੇ ਪਾਣੀ ਪੀਣਾ ਉਹਨੂੰ ਪੀਣ ਦਿਓ। ਇਹਦੇ ਤੋਂ ਪਹਿਲੇ ਪਲਟਾਉਣਾ ਜ਼ਰੂਰੀ ਹੈ ਕਿ ਨਹੀਂ? ਪਲਟਾਉਣਾ ਬਹੁਤ ਜ਼ਰੂਰੀ ਹੈ, ਬੇਸ਼ੱਕ ਅੱਸੂ ਹੈ, ਵਿਸਾਖ ਹੈ, ਜੇਠ ਹੈ, ਹਾੜ ਹੈ, ਚੇਤਰ ਹੈ, ਜੋ ਵੀ ਹੈ, ਪਲਟਾਉਣਾ ਜ਼ਰੂਰ ਹੈ ਕਬੂਤਰ ਨੂੰ ਜਦੋਂ ਉੱਡ ਕੇ ਆਏ, ਕਿਉਂਕਿ ਜਦੋਂ ਕਬੂਤਰ ਉੱਡਦਾ ਨਾ ਉਹਦੀ ਮਿੱਟੀ ਵੀ ਜਾਂਦੀ, ਸੋ ਗਰਦੋ ਗੁਬਾਰ, ਸੋ ਉਹਨੇ ਦੌੜ ਲਾਇਆ ਹੁੰਦਾ, ਅੰਦਰੋਂ ਖੁਸ਼ਕ ਹੋਇਆ ਹੁੰਦਾ। ਸਹੀ ਗੱਲ ਹੈ। ਅੱਛਾ ਬੜ ਸਾਹਿਬ, ਤੁਸੀਂ ਰਿਹਾਇਸ਼ ਵਾਲੀ ਗੱਲ ਕੀਤੀ ਸੀ,
ਮੈਂ ਦੱਸ ਰਿਹਾ ਸੀ ਹੁਣ ਕਈ ਲੋਕ ਜਿਹੜੇ ਨਾ ਉਹ ਸਾਦੀ ਖੁਰਾਕ ਦਿੰਦੇ ਨੇ ਯਾਨੀ ਕਿ ਬਦਾਮ ਰਗੜ ਕੇ ਨਾ ਉਹ ਬਦਾਮ ਦੀ ਗੋਲੀ ਦੇ ਕੇ ਉਡਾ ਦਿੰਦੇ ਨੇ ਉਹਨਾਂ ਨੇ ਤਿੰਨ ਤਿੰਨ ਗੋਲੀਆਂ ਦੇ ਵੀ ਕਬੂਤਰ ਲਾਏ ਹੁੰਦੇ ਨੇ ਚਾਰ ਚਾਰ ਗੋਲੀਆਂ ਦੇ ਵੀ ਕਬੂਤਰ ਲਾਏ ਹੁੰਦੇ ਨੇ ਸ਼ੁਰੂ ਛੋਟੀ ਜਿਹੀ ਗੋਲੀ ਤੋਂ ਕਰਦੇ ਨੇ ਚਨੇ ਜਿੰਨੀ ਫਿਰ ਉਹ ਚਨੇ ਨੂੰ ਥੋੜ੍ਹਾ ਵੱਡਾ ਕਰਦੇ ਨੇ ਫਿਰ ਗਿਟਕ ਜਿੰਨੀ ਕਰਦੇ ਨੇ ਫਿਰ ਉਹ ਇੱਕ ਤੋਂ ਡੇਢ ਕਰਦੇ ਨੇ ਦੋ ਕਰਦੇ ਨੇ ਇਸ ਤਰ੍ਹਾਂ ਲਿਆਉਂਦੇ ਨੇ ਇਕੱਠੀਆਂ ਨਹੀਂ ਦੇ ਦਿੰਦੇ ਆਦਤ ਲਾਉਂਦੇ ਨੇ ਕਬੂਤਰ ਨੂੰ ਉਹਦਾ ਆਦੀ ਬਣਾਉਂਦੇ ਨੇ ਕਬੂਤਰ ਪੋਟ ਦੇ ਚੁੱਕ ਕੇ ਉੱਡੇ ਜਿਸ ਤਰ੍ਹਾਂ ਨੀਵੀਂ ਵਾਲੇ ਹੈਗੇ ਨੇ ਉਹ ਪਾਣੀ ਇਸ ਤਰ੍ਹਾਂ ਹੀ ਕਰਦੇ 50 cc ਦੇ ਕੇ ਉਡਾਉਂਦੇ ਪਹਿਲੇ 5 cc 10 cc 15 20 25 30 35 40 45 50 cc ਤੀਕਰ ਕਬੂਤਰ ਨੂੰ ਲੈ ਜਾਂਦੇ ਨੇ ਉਹ ਸਹੀ ਗੱਲ ਹੈ ਉਹ ਕਹਿੰਦੇ ਨੇ ਜਿਹੜਾ ਸਾਡਾ ਕਬੂਤਰ 50 cc ਤੇ ਲੱਗ ਗਿਆ ਨਾ ਕਬੂਤਰ ਸਾਡਾ ਜਲਦੀ ਡਿੱਗਦਾ ਨਹੀਂ ਅੱਛਾ ਦੂਜੀ ਇੱਕ ਰੈਸ਼ ਹੋ ਗਈ ਜੀ ਮਕਈ ਵਾਲੀ ਇੱਕ ਹੋ ਗਈ ਸਾਦੀ ਬਦਾਮਾਂ ਦੀ ਰੈਸ਼ ਕੁਛ ਲੋਕ ਦਿੰਦੇ ਨੇ ਕਾਲੇ ਚਨਿਆਂ ਦੀ ਕਾਲੇ ਚਨੇ ਜਿਹੜੇ ਨਾ ਉਹ ਮਕਈ ਵਾਂਗਰ ਹੀ ਤੁਸੀਂ ਚਾਰ ਵਜੇ ਭਿਉਣੇ ਇਹਦੇ ਵੀ 4-5 ਵਾਰੀ ਪਾਣੀ 2-2-3-3 ਘੰਟੇ ਬਾਅਦ ਤੁਹਾਨੂੰ ਬਦਲਣੇ ਪੈਣਗੇ ਠੀਕ ਹੈ ਜੀ ਉਹਦੇ ਬਾਅਦ ਦੇਣ ਤੋਂ ਪਹਿਲੇ ਇਹਦਾ ਛਿਲਕਾ ਲਾ ਦੇਣਾ ਦੇਣ ਤੋਂ ਪਹਿਲੇ ਛਿਲਕਾ ਲਾ ਦੇਣਾ ਇਹਦਾ ਛਿਲਕਾ ਲਾ ਕੇ ਤੁਸੀਂ ਦੇਣੇ ਨੇ ਚਨੇ ਹੈਵੀ ਰੈਸ਼ ਦੇ ਯੂਜ਼ ਹੁੰਦੇ ਹੈਵੀ ਰੈਸ਼ ਦੇ ਯੂਜ਼ ਹੁੰਦੇ ਅੱਛਾ ਮੇਰੇ ਸੁਣਨ 'ਚ ਇੱਕ ਦਫ਼ਾ ਆਇਆ ਸੀ ਹੁਣ ਪਤਾ ਨਹੀਂ ਉਹਨਾਂ ਨੇ ਯੂਜ਼ ਕੀਤੀ ਨਹੀਂ ਲੇਕਿਨ ਉਹ ਬੰਦੇ ਹੈਗੇ ਸਮਝ ਲਓ ਕਿ ਗੁਪਤੀ ਹੈਗੇ ਨੇ ਦਵਾਈਏ ਬਹੁਤ ਵੱਡੇ ਨੇ ਜੀ ਜੀ ਕਹਿੰਦਾ ਅਸੀਂ ਬਾਜਰੇ ਦੀ ਵੀ ਰੈਸ਼ ਕਦੀ ਕਦੀ ਇਸਤੇਮਾਲ ਕਰਦੇ ਰਹੇ ਹਾਂ ਯਾਰ ਦੇਖੋ ਹਰ ਇੱਕ ਦਾ ਆਪਣਾ ਮੇਰਾ ਦਿਲ ਨਹੀਂ ਮੰਨਦਾ ਬਾਜਰੇ ਦੀ ਰੈਸ਼ ਦਾ ਚਲੋ ਠੀਕ ਹੋ ਗਏ ਅੱਛਾ ਰੈਸ਼ ਦੇਣ ਤੋਂ ਪਹਿਲੇ ਪਲਟਾਉਣਾ ਜ਼ਰੂਰੀ ਕਿ ਨਹੀਂ ਜ਼ਰੂਰੀ ਹੈ ਇਹ ਸਵਾਲ ਸੀ ਮੇਰਾ ਜ਼ਰੂਰੀ ਹੈ ਕਿਉਂਕਿ ਉਸ ਲਈ ਜ਼ਰੂਰੀ ਹੈ ਕਿ ਅਗਰ ਉਹਦੇ ਕੋਲ ਪਿਛਲਾ ਦਾਣਾ ਹੈ ਅਗਰ ਉਹਦਾ ਪੋੜ ਬਿਲਕੁਲ ਨਾ ਲੱਗਾ ਸਾਫ਼ ਹੈਗਾ ਤੇ ਉਹਨੂੰ ਤੁਸੀਂ ਨਾ ਪਹਿਲੇ ਥੋੜ੍ਹਾ ਜਿਹਾ ਪਾਣੀ ਦੇ ਕੇ ਛੱਡ ਦਿਓ ਅਗਰ ਜੋ ਕੁਛ ਉਹਦੇ 'ਚ ਹੈਗਾ ਉਹ ਵੀ ਉਹ ਖਿੱਚ ਲਏਗਾ ਕਿਉਂਕਿ ਤੁਸੀਂ ਰੈਸ਼ ਦੇਣੀ ਕਮ ਅਜ਼ ਕਮ 1.25 ਘੰਟਾ ਪਹਿਲੇ ਠੀਕ ਹੈ ਨਾ ਅਤੇ ਪਾਣੀ ਵੀ ਤੁਸੀਂ ਉਸ ਵੇਲੇ ਦੇਣਾ ਅਤੇ ਫਿਰ ਉਹ ਕਬੂਤਰ ਤੁਹਾਡਾ ਉਂਝ ਜਿਹੜਾ ਪਿਛਲਾ ਹੁੰਦਾ ਉਹਨੂੰ ਸਾਫ਼ ਸੂਫ ਕਰ ਜਾਂਦਾ ਅਗਰ ਹਲਕਾ ਫੁਲਕਾ ਹੋਏ ਹਲਕਾ ਫੁਲਕਾ ਵੀ ਹੋਣਾ ਨਹੀਂ ਚਾਹੀਦਾ ਅਸੂਲਨ ਜੋ ਨਜ਼ਰ ਆ ਰਿਹਾ ਹੈ ਜੋ ਨਜ਼ਰ ਨਹੀਂ ਆ ਰਿਹਾ ਨਾ ਪੋਟ 'ਚ ਉਹਦਾ ਤਾਂ ਠੀਕ ਹੈ ਚਲੋ ਹੁੰਦਾ ਠੀਕ ਹੈ ਸਹੀ ਗੱਲ ਹੈ ਲਓ ਜੀ ਦੋਸਤੋ ਹੁਣ ਸ਼ੋਕ ਕਰਾਈਏ ਤੋਹੀਨੋ ਬਲੱਡ ਲਾਈਨ ਆ ਗਈ ਔਰ ਮੀਆਂ ਸਾਹਿਬ ਦੀ ਮਸ਼ਹੂਰੋ ਮਾਰੂਫ ਬਲੱਡ ਲਾਈਨ ਹੈ ਕਬੂਤਰ ਸਾਰੇ ਮੀਆਂ ਸਾਹਿਬ ਦੇ ਮਸ਼ਹੂਰ ਨੇ ਲੇਕਿਨ ਇਹਨਾਂ ਨੂੰ ਵੀ ਅਲੱਗਾ ਹੀ ਰੂਜ ਮਿਲਿਆ ਚੈੱਕ ਕਰੋ ਅੱਛੀ ਅੱਖ ਦਾ ਕਬੂਤਰ ਹੈ ਔਰ ਪੂਰੀ ਪ੍ਰੋਪਰ ਉਹਦੇ ਫਿਕਸ ਹੋਈ ਹੋਈ ਡਾਇਲ ਦੇ ਵਿੱਚ ਡਾਇਲ ਹੁੰਦਾ ਨਾ ਪਲਕਾਂ ਦੇ ਵਿੱਚ ਐਕਸਟਰਾ ਸਾਈਡਾਂ ਪਲਕ ਛੱਡ ਨਹੀਂ ਰਹੀ ਡਾਇਲ ਬੜਾ ਅੱਛਾ ਉਹਨੇ ਫਿਕਸ ਕੀਤਾ ਆ ਬਹੁਤ ਵਾਲਾ ਯਾਰ ਬਹੁਤ ਹੀ ਵਾਲਾ ਅੱਛਾ ਕਬੂਤਰ ਸਿਆਣਾ ਬੜਾ ਹੈਗਾ ਹਰੇ ਕਲਰ ਵੀ ਇਹਨਾਂ 'ਚ ਨਿਕਲਦੇ ਨੇ ਚੀਨੇ ਵੀ ਨਿਕਲਦੇ ਨੇ ਥੂਲਸਰੇ ਵੀ ਨਿਕਲਦੇ ਨੇ ਇਹਨਾਂ 'ਚ ਜ਼ਾਖ ਕਲਰ ਦੀ ਨਿਕਲਦਾ ਇਹਨਾਂ 'ਚ ਚੀਨੇ ਨਿਕਲ ਆਉਂਦੇ ਨੇ ਹਰੇ ਨਿਕਲ ਆਉਂਦੇ ਨੇ
ਫੁਲਸਰੇ ਨਿਕਲ ਆਉਂਦੇ ਨੇ, ਫਿੱਕੇ ਜੀਨੇ ਨਿਕਲ ਆਉਂਦੇ ਨੇ, ਜ਼ਾ ਕਲਰ ਨਹੀਂ ਆਇਆ ਨਾ। ਇੱਕ ਨਾ ਜੇ ਚਾਨਣਾ ਕਲਰ ਨਿਕਲਦਾ, ਲੇਕਿਨ ਉਹ ਕਦੀ ਕਿਤੇ ਨਿਕਲਦਾ। ਇਹ ਉਹਦੀ ਫੀਮੇਲ ਹੈਗੀ ਆ ਉਸੇ ਨਰ ਦੀ, ਬੜੀ ਅੱਛੀ ਫਿਜ਼ੀਕ ਦੀ ਮਾਤੀ ਹੈਗੀ, ਤੀਲੀਆਂ ਬਹੁਤ ਅੱਛੀਆਂ ਹੈਗੀਆਂ, ਬਹੁਤ ਹੀ ਸ਼ਾਨਦਾਰ ਤੀਲੀ ਹੈਗੀ। ਮਾਸ਼ਾਅੱਲਾ ਜੋੜ ਐਂ ਟੇਲ ਦੇ ਕੋਲ ਲੱਗੇ ਨੇ, ਬੰਦ ਜੋੜ। ਦੋਸਤੋ ਜਿਹਨੂੰ ਸਹੀ ਮਾਇਨਿਆਂ 'ਚ ਖੰਭਦਾਰ ਕਬੂਤਰ ਕਹਿੰਦੇ ਨੇ ਨਾ, ਉਹ ਹਿੰਨੋ ਆਇਆ। ਬੜੀ ਪਸ਼ਮ ਇਹਦੇ ਉੱਤੇ ਹੈਗੀ, ਬੜੇ ਖੰਭ ਇਹਦੇ ਉੱਤੇ ਹੈਗੇ। ਮਾਸ਼ਾਅੱਲਾ ਬਹੁਤ ਹੀ ਜ਼ਿਆਦਾ। ਬਹੁਤ ਹੀ ਨਜ਼ਾਬ ਕਬੂਤਰ ਹੈਗਾ, ਪੱਕੀ ਨੋਕ ਦਾ ਕਬੂਤਰ। ਦੋਸਤੋ ਇਹਨੇ ਨਾ ਵਿੱਟ ਕਰਤੀ ਅਤੇ ਡਿਸਟਰਬੈਂਸ ਹੋ ਗਈ ਸੀ, ਪਰ ਚੈੱਕ ਕਰੋ ਕਿਸਾ ਅੱਛਾ ਤੇਜ਼ ਪਰ ਦਾ ਕਬੂਤਰ ਹੈਗਾ, ਥੱਲੇ ਨਹੀਂ ਖਲੋਏਗਾ, ਸਿੱਧਾ ਠੱਕ ਬੰਦ। ਬੜਾ ਅੱਛਾ, ਬੜਾ ਪਰੇਲ ਕਬੂਤਰ ਹੈ, ਕਹਿੰਦੇ ਨੇ ਨਾ ਤਾਰ ਤਾਰ ਹੈਗਾ। ਓਏ ਓਏ ਬਾਟ ਸਾਹਿਬ ਕਿੱਡਾ ਜ਼ੋਰ ਲਾਉਂਦਾ ਚਿਆ ਫੜੋ ਨੂੰ, ਐਸੇ ਦੀ ਮਰਦੀ। ਹਾਂਜੀ ਮਰਦੀ ਓਡੀ ਅਸੀਲ ਹੈਗੀ, ਇੱਦਾਂ ਨਰ ਗੁੱਸੇ ਵਾਲਾ। ਬਹੁਤ ਹੀ ਗੱਲ ਦੂਸਰਾ ਹੀ ਨਵਾਇਆ। ਬੜਾ ਹੀ ਅੱਛਾ, ਬੜਾ ਹੀ ਮਜ਼ੇਦਾਰ ਕਬੂਤਰ ਹੈਗਾ, ਬੜੇ ਐਕੂਰੇਸੀ ਦੇ ਵਿੱਚ। ਉਸਤਾਦ ਮਨਜੀਤ ਸਿੰਘ ਔਜਲਾ ਸਾਹਿਬ, ਘਰ ਗੁੱਜਰ ਸਾਹਿਬ, ਚੈੱਕ ਕਰੋ ਜ਼ਰਾ। ਹਰਾ ਕਬੂਤਰ ਹੈ, ਚੀਨਾ ਸੋਰੀ ਹੀਨੋ, ਮੋਕਮ ਖੋਖਰ ਸਾਹਿਬ। ਬਹੁਤ ਹੀ ਮਾਸ਼ਾਅੱਲਾ, ਵੈਰੀ ਨਾਈਸ, ਫਾਈਨ ਕੁਆਲਿਟੀ ਦੇ ਵਿੱਚ ਹੈਗਾ, ਹੈਗਾ ਵੀ ਸਮਾਰਟ ਹੀ ਆ।
ਚੈਡੀਆਂ ਬਾਕੂ ਜਿਵੇਂ ਜਿਸ ਸਮੇਂ ਕਹਿੰਦਾ ਐਸੇ ਨਰ ਦੀ ਮਰਜ਼ੀ ਆ ਮੂੰਹ ਵੇਖ ਰਿਹਾ ਹੁੰਦਾ ਕੈਸਾ ਅਤੇ ਇਸ ਰਾਸ ਚਿਹਰੇ ਦੀ ਕਬੂਤਰੀ ਤਿੱਖੇ ਚਿਹਰੇ ਦੀ ਬਹੁਤ ਹੀ ਗੱਲ ਆ ਯਾਰ ਬੜੀ ਮਜ਼ੇਦਾਰ ਮਰਜ਼ੀ ਆ ਬਹੁਤ ਲੋ ਜੀ ਦੋਸਤੋ ਚੈੱਕ ਕਰੋ ਨਾਰੇ ਮਾਦੀ ਹੈ ਮਾਦੀ ਹੈਗੀ ਫੀਮੇਲ ਹੈਗੀ ਬੜੀ ਤਿੱਖੀ ਹੈਗੀ ਯਾਰ ਇਹਦੇ ਉੱਡਣ ਦੀ ਕੋਸ਼ਿਸ਼ ਕਰ ਰਹੀ ਵਾਹ ਇਸੇ ਦੇ ਨਾਲ ਲੱਗੀ ਹਾਂ ਪੱਕੀਆਂ ਨੋਕਾਂ ਦੇ ਕਬੂਤਰ ਨਿਕਲਦੇ ਜਿਹੜਾ ਲਾਸਟ ਪੱਠਾ ਵਹਾਇਆ ਨਾ ਉਸੇ ਪੱਠੇ ਦੀ ਮਾਂ ਹੈਗੀ ਕੈਸਾ ਟਾਈਗਰ ਕਲਰ ਹੈਗਾ ਇਹਦਾ ਮਾਸ਼ਾਅੱਲਾ ਬੜੀ ਅੱਛੀ ਪਰੇਲ ਹੈਗੀ ਬੜੀ ਅੱਛੀ ਮੁਲਾਇਮ ਹੈਗੀ ਖਲੋਈਆ ਏ ਬਹੁਤ ਹੀ ਅੱਲਾ ਉਸੇ ਮਾਦੀ ਦਾ ਹੀ ਨਾਂ ਹੈਗਾ ਜਿਹੜੀ ਲਾਸਟ ਵਾਈ ਹੈ ਜਿਹਨੂੰ ਮੈਂ ਟਾਈਗਰ ਕਲਰ ਕਹਿ ਰਿਹਾ ਕੈਸਾ ਸ਼ੀਸ਼ ਨਾਲ ਕਲਰ ਲਾਇਆ ਬਹੁਤ ਹੀ ਅੱਲਾ ਯਾਰ ਇਹਨਾਂ ਦੇ ਵਿੱਚ ਆਉਂਦੇ ਨੇ ਉਹ ਕਾਲੇ ਰਿੰਗ ਸਹੀ ਨਾਲ ਕਰਦੀ ਹੈ ਪਾਂਡੇ ਜੀ ਚੈੱਕ ਕਰੋ ਅੰਦਰ ਹਲੇ ਪਰ ਰੱਖੋ ਬਹੁਤ ਹੀ ਅੱਲਾ ਮਾਸ਼ਾ ਤਰਤੀਬ ਤੀਲੀ ਟ੍ਰੇਲ ਬਹੁਤ ਅੱਲਾ ਤੇਲ
ਜਿੰਦ ਜਾਨ ਕਬੂਤਰ ਹੈਗਾ।